ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲਗਾਤਾਰ ਮੈਸੇਜ ਆ ਰਹੇ ਨੇ, ਹੈ ਨਾ, ਫੋਨ ਵੀ ਕਰ ਰਹੇ ਨੇ ਕਿ UGC ਨੈੱਟ ਪੰਜਾਬੀ ਦਾ ਸਿਲੇਬਸ ਚੇਂਜ ਹੋਊਗਾ ਜਾਂ ਹੋ ਗਿਆ ਜਾਂ ਹੋਊਗਾ, ਹੈ ਨਾ, ਅਤੇ ਇੱਦਾਂ ਦੇ ਸਵਾਲ ਨੇ। ਅਖਬਾਰ ਦੇ ਵਿੱਚ ਖਬਰ ਆਈ ਹੋਣੀ, ਹੈ ਨਾ, ਅਤੇ ਸਟੂਡੈਂਟ ਨੂੰ ਹੋ ਗਿਆ ਕਿ ਪਤਾ ਨਹੀਂ ਸਿਲੇਬਸ ਚੇਂਜ ਹੋ ਜਾਊਗਾ। ਅਤੇ ਇੱਕ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਸਿਲੇਬਸ ਚੇਂਜ ਹੋਊਗਾ ਤਾਂ ਇਹਦਾ ਉੱਤਰ ਤੁਹਾਨੂੰ ਆਪਣੇ ਆਪ ਹੀ ਮਿਲ ਜਾਊਗਾ। ਪੰਜਾਬੀ ਸਾਹਿਤ ਨੂੰ ਹੁਣ ਕੀ ਚੇਂਜ ਕਰ ਲੈਣਗੇ? ਉਹੀ ਆਧੁਨਿਕ ਕਾਲ ਆ, ਉਹੀ ਮੱਧ ਕਾਲ ਆ, ਉਹੀ ਸਾਡੇ ਕਵੀ ਨੇ, ਹੈ ਨਾ, ਉਹੀ ਸਾਡੇ ਕੋਲ ਸੁਰਜੀਤ ਪਾਤਰ ਹੋਰੀ ਨੇ, ਸ਼ਿਵ ਕੁਮਾਰ ਬਟਾਲਵੀ, ਹਰਭਜਨ ਸਿੰਘ, ਉਹੀ ਸਾਡੇ ਸੂਫੀ ਕਵੀ ਨੇ, ਉਹੀ ਸਾਡੇ ਕੋਲ ਸਾਡੇ ਗੁਰੂ ਕਵੀ ਨੇ, ਹੈ ਨਾ, ਉਹੀ ਸਾਡੇ ਕੋਲ ਵਾਰਕਾਰ ਨੇ, ਹੈ ਨਾ। ਕੀ ਕੁਛ ਬਦਲੂਗਾ, ਕੀ ਚੇਂਜ ਕਰ ਲੈਣਗੇ ਕਿ ਸਾਨੂੰ ਹੁਣ ਬੁੱਲੇ ਸ਼ਾਹ ਦੀ ਥਾਂ ਕੁਛ ਹੋਰ ਪੜ੍ਹਾਉਣਗੇ? ਹੈ ਨਾ, ਪੰਜਾਬੀ ਸਾਹਿਤ ਆ ਉਹੀ ਰਹਿਣਾ ਅਤੇ ਉਹੀ ਰਹੂਗਾ, ਹੈ ਨਾ, ਕੁਛ ਨਹੀਂ ਚੇਂਜ ਹੋਣਾ, ਹੈ ਨਾ, ਉਹ ਗੱਲਾਂ ਉਹੀ ਰਹਿਣੀਆਂ ਨੇ। ਉਹਦੀ, ਹੈ ਨਾ, ਜਿਹੜੀ ਵਰਗ ਵੰਡ ਹੁੰਦੀ ਆ ਨਾ, ਯੂਨਿਟ ਹੁੰਦੇ ਨੇ, ਉਹ ਚੇਂਜ ਹੋ ਸਕਦੇ ਨੇ ਨਾ, ਸਿਲੇਬਸ ਤਾਂ ਉਹੀ ਆ, ਇਹ ਕਦੇ ਨਹੀਂ ਚੇਂਜ ਹੋਣਾ, ਇਹਦਾ ਇਹੀ ਉੱਤਰ ਆ, ਹੈ ਨਾ। ਤੁਸੀਂ ਆਪਣੇ ਆਪ ਨੂੰ ਪੁੱਛਿਓ ਕਿ ਸਾਨੂੰ ਕੀ ਪੜ੍ਹਾਉਣਗੇ ਸਿਲੇਬਸ ਚੇਂਜ ਕਰਕੇ, ਜਦੋਂ ਸਾਰਾ ਲਿਟਰੇਚਰ ਹੀ ਆ ਗਿਆ, ਹੈ ਨਾ, ਸਾਡੇ ਕੋਲ ਕੋਈ ਇੱਦਾਂ ਦੀ ਯੂਨਿਟ ਨਹੀਂ ਹੈਗੀ ਜੋ ਛੱਡ ਦਿੱਤੀ ਹੋਵੇ, ਨਾਥ ਜੋਗੀਆਂ ਤੋਂ ਲੈ ਕੇ, ਹੈ ਨਾ, ਸਾਰਾ ਕੁਛ ਹੀ ਆ ਗਿਆ। ਅਤੇ ਫਿਰ ਹੁਣ ਨਵਾਂ ਕੀ ਉਹਦੇ ਵਿੱਚ ਐਡ ਕਰਨਗੇ ਨਾ, ਇਹ ਇੱਕ ਬੇਹੁਦਾ ਸਵਾਲ ਆ। ਅਤੇ ਤੁਸੀਂ ਉੱਦਾਂ ਹੀ ਤਿਆਰੀ ਕਰੋ ਜਿੱਦਾਂ ਤੁਸੀਂ ਕਰ ਰਹੇ ਹੋ, ਉਹੀ ਸਾਡੇ ਕੋਲ ਸੂਫੀ ਕਵੀ ਨੇ, ਅਤੇ ਉਹੀ ਸਾਡੇ ਕੋਲ ਨਾਵਲਕਾਰ ਨੇ, ਉਹੀ ਸਾਡੇ ਕੋਲ ਕਹਾਣੀਕਾਰ ਨੇ, ਅਤੇ ਉਹੀ ਪੜ੍ਹਨੇ ਨੇ ਆਪਾਂ ਨੇ, ਠੀਕ ਹੈ ਜੀ। ਅਤੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਣੀ ਵਧੀਆ ਤਿਆਰੀ ਕਰੋ। ਜੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ, ਹੈ ਨਾ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 94 61 65 87। ਜੇ ਤੁਸੀਂ ਸੈਲਫ ਸਟੱਡੀ ਕਰਦੇ ਹੋ ਤਾਂ ਵੀ ਤੁਸੀਂ ਸਭ ਤੋਂ ਕੋਈ ਵੀ ਸਲਾਹ ਮਸ਼ਵਰਾ ਲੈ ਸਕਦੇ ਹੋ ਕਿਸੇ ਕਿਤਾਬ ਬਾਰੇ, ਜਾਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦਾ ਤਾਂ ਸਾਨੂੰ ਪੁੱਛ ਲਿਓ, ਠੀਕ ਹੈ ਜੀ। ਸ਼ੁਕਰੀਆ ਜੀ, ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਇਨਫੋਰਮੇਸ਼ਨ